ਸੱਪ ਦੇ ਵੱਢਣ ਨਾਲ ਫੌਜੀ ਦੀ ਹੋਈ ਮੌਤ। ਡਿਊਟੀ ਦੌਰਾਨ ਫੌਜੀ ਨਾਲ ਵਾਪਰਿਆ ਹਾਦਸਾ। ਪਰਿਵਾਰ ਵੱਲੋਂ ਸ਼ਹੀਦ ਦੇ ਦਰਜੇ ਦੀ ਕੀਤੀ ਗਈ ਮੰਗ। ਤਾਂ ਦੱਸ ਦੇ ਕਿ ਡਿਊਟੀ ਦੇ ਦੌਰਾਨ ਫੌਜੀ ਨੂੰ ਸੱਪ ਨੇ ਡੰਗ ਮਾਰ ਦਿੱਤਾ ਅਤੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਨੌਜਵਾਨ ਸਿਮਰਨਦੀਪ ਸਿੰਘ, ਜੋ ਕਿ ਬਰਨਾਲਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਇਸਦੀ ਉਮਰ 24 ਸਾਲ ਹੈ ਅਤੇ 2018 ਦੇ ਵਿੱਚ ਇਹ ਫੌਜ ਦੇ ਵਿੱਚ ਭਰਤੀ ਹੋਇਆ ਸੀ। ਤਾਂ ਆਪਣੇ ਕੋਰਸ ਦੇ ਸਿਲਸਿਲੇ ਦੇ ਵਿੱਚ ਕੁਝ ਦਿਨਾਂ ਦੇ ਲਈ ਇਹ ਅੰਬਾਲੇ ਆਇਆ ਹੋਇਆ ਸੀ, ਜਿੱਥੇ ਡਿਊਟੀ ਦੇ ਦੌਰਾਨ ਸੱਪ ਦੇ ਵੱਢਣ ਨਾਲ ਇਸਦੀ ਮੌਤ ਹੋ ਗਈ। ਤਾਂ ਜਿਵੇਂ ਹੀ ਪਰਿਵਾਰ ਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਅੱਜ ਜਵਾਨ ਸਿਮਰਨਦੀਪ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚੇਗੀ, ਜਿੱਥੇ ਕਿ ਅੰਤਿਮ ਰਸਮਾਂ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਪਰਿਵਾਰ ਨੇ ਮੰਗ ਕੀਤੀ ਹੈ ਕਿ ਫੌਜੀ ਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਤਾਂ ਉੱਥੇ ਉਹਨਾਂ ਦੇ ਵੱਲੋਂ CM ਭਗਵੰਤ ਮਾਨ ਅੱਗੇ ਵੀ ਮੰਗ ਰੱਖੀ ਗਈ ਹੈ, ਬਾਕੀ ਸ਼ਹੀਦਾਂ ਦੇ ਵਾਂਗ ਇਹਨਾਂ ਦੇ ਪਰਿਵਾਰ ਨੂੰ ਵੀ 1 ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਮੇਰਾ ਨਾਮ ਇੰਦਰਜੀਤ ਸਿੰਘ, ਮੈਂ ਫਾਦਰ ਲੱਗਦਾ ਜੀ। ਉਹ 2018 ਦਸੰਬਰ ਦੇ ਵਿੱਚ ਭਰਤੀ ਜੁਆਇਨਿੰਗ ਹੋਈ ਸੀ ਅਤੇ 18 ਸਾਲ ਦੀ ਉਹਨਾਂ ਦੀ ਉਮਰ ਸੀਗੀ ਜਦੋਂ ਗਏ ਸੀਗੇ। ਹਾਂਜੀ, ਕਿੱਥੇ ਸੀ ਇਹ? ਮਤਲਬ ਹੁਣ ਉਹਨਾਂ ਦੀ ਪੋਸਟਿੰਗ ਸੀਗੀ ਆਪਣੇ ਰਜੌਰੀ ਸੈਕਟਰ ਦੇ ਵਿੱਚ ਸੀਗੀ ਅਤੇ ਇਸ ਟਾਈਮ ਅੰਬਾਲਾ ਦੇ ਵਿੱਚ ਆਪਣੇ ਕੋਰਸ ਕਰਨ ਵਾਸਤੇ ਆਏ ਹੋਏ ਸੀਗੇ। ਕਿਵੇਂ ਹੋਈ ਇਹਨਾਂ ਦੀ ਮਤਲਬ? ਇਹਨਾਂ ਜੀ ਇਹ ਰਾਤ ਨੂੰ ਮਤਲਬ ਵੀ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਣੇ ਪੜ੍ਹਾਈ ਕਰਨ ਲੱਗ ਗਏ। 11 ਵਜੇ ਤੱਕ ਪੜ੍ਹਾਈ ਕਰਦੇ ਰਹੇ ਅਤੇ ਉਸ ਤੋਂ ਬਾਅਦ ਜਦੋਂ ਸੌਂ ਗਏ, ਉਦੋਂ ਬਾਅਦ ਜੇ ਕੋਈ ਖਤਰਨਾਕ ਕੋਈ ਸੱਪ ਆਇਆ ਉਹਦੇ ਬਿਸਤਰੇ 'ਤੇ ਚੜ੍ਹ ਗਿਆ, ਬਿਸਤਰੇ 'ਤੇ ਚੜ੍ਹਾ ਹੋਇਆ ਅਤੇ ਜਦੋਂ ਇਹ ਸੌਂ ਗਿਆ ਇਹਨੂੰ ਕੁਛ ਨਹੀਂ ਪਤਾ ਲੱਗਿਆ। ਜਦੋਂ ਇਹਨਾਂ ਨੇ ਕਦੇ ਕਾਰਬਟ ਲੈਤੀ, ਪਾਸਾ ਲੈਤਾ ਤਾਂ ਉਹਦੇ ਉੱਪਰ ਕਾਰਬਟ ਲੈਤੀ ਗਈ ਤਾਂ ਉਹਨੇ ਸੱਪ ਨੇ ਉਹਦੇ ਡੰਗ ਮਾਰਿਆ ਅਤੇ ਡੰਗ ਲੱਗਣ ਤੋਂ ਬਾਅਦ 'ਚ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਾ ਵੀ ਫਿਰ ਸੌਂ ਗਏ। ਕੁਛ ਇਹਨਾਂ ਦਾ ਜਿਹੜਾ ਸੀਗਾ ਪੋਜਨ ਸੀ, ਪੋਜਨ ਕਰਕੇ ਉਹਨਾਂ ਨੂੰ ਨਸ਼ਾ ਹੋ ਗਿਆ ਜ਼ਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮੋਰਨਿੰਗ 4 ਵਜੇ ਉਹ ਉੱਠੇ, 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਅਤੇ ਵੀ ਸਿਮਰਨਜੀਤ ਉੱਠਾ ਅਤੇ ਉੱਠ ਖੜਿਆ, ਕਹਿੰਦਾ ਵੀ ਸਿਮਰਨਜੀਤ ਕਹਿੰਦਾ ਜੀ ਮੈਨੂੰ ਚੱਕਰ ਆ ਰਹੇ ਨੇ, ਕਹਿੰਦੇ ਚੱਕਰ ਆ ਰਹੇ ਨੇ ਅਤੇ ਕਹਿੰਦੇ ਵੀ ਮੇਰੇ ਢੂਹੀ 'ਤੇ ਵੀ ਦਰਦ ਹੋ ਰਿਹਾ, ਵੀ ਦੇਖੋ ਮੇਰੇ ਢੂਹੀ 'ਤੇ ਦਰਦ ਕੀ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਉਹਦੇ ਸੱਪ ਨੇ ਉਹਦੇ ਡੰਗ ਮਾਰੇ ਸੀ ਪਿੱਛੇ 2 ਢੂਹੀ ਦੇ ਉੱਪਰ, ਅਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਸੀਨੀਅਰ ਸੀਗੇ, ਸੀਨੀਅਰ ਨੂੰ ਦੱਸਿਆ ਵੀ ਐਂ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਵੀ ਜਿਹੜਾ ਸਿਪਾਹੀ ਆ ਉਹਨੂੰ ਪੱਟ ਲਿਆ ਸੱਪ ਨੇ, ਅਤੇ ਉਹਨਾਂ ਨੇ ਫਟਾਫਟ ਕਾਰਵਾਈ ਕੀਤੀ, ਆਪਣੀ ਗੱਡੀ ਫੌਜ ਦੀ ਗੱਡੀ ਮੰਗਾ ਕੇ ਅਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ। 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਖੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਸਿਮਰਨਜੀਤ ਸਿੰਘ ਆ, ਉਹਨਾਂ ਦੀ ਡੈਥ ਹੋ ਗਈ। ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ ਅਤੇ ਉਹਨਾਂ ਕੋਰਸ ਕਰਨ ਵਾਸਤੇ ਉੱਥੇ ਆਏ ਹੋਏ ਸੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਹਾਂ ਵੀ ਮੇਰੇ ਲੜਕੇ ਨੂੰ ਸ਼ਹੀਦਾਂ ਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ। ਜੋ ਵੀ ਮਾਨ ਸਨਮਾਨ ਸ਼ਹੀਦਾਂ ਨੂੰ ਦਿੱਤਾ ਜਾਂਦਾ ਹੈਗਾ ਉਹ ਉਹਨਾਂ ਨੂੰ, ਜੋ ਫੌਜੀਆਂ ਨੂੰ ਸ਼ਹੀਦਾਂ ਦਿੱਤਾ ਜਾਂਦਾ ਉਹ ਮਾਨ ਸਨਮਾਨ ਉਹਨੂੰ ਦੇਣਾ ਚਾਹੀਦਾ ਹੈਗਾ ਵੀ ਉਹਨਾਂ ਨੂੰ ਦੇਖ ਕੇ, ਜੋ ਵੀ ਮੇਰਾ ਬੱਚਾ ਸ਼ਹੀਦ ਹੋਇਆ ਉਹਨਾਂ ਨੂੰ ਦੇਖ ਕੇ
ਸ਼ਹੀਦਾਂ ਦਰਜਾ ਦੇਣਾ ਚਾਹੀਦਾ ਉਹਨਾਂ ਨੂੰ ਸ਼ਹੀਦਾਂ ਦਾ ਮਾਣ ਸਨਮਾਨ ਦੇਣਾ ਚਾਹੀਦਾ ਅਤੇ ਸਰਕਾਰ ਨੂੰ ਮੈਂ ਮੰਗ ਕਰਦਾ ਜੋ ਵੀ ਫੌਜੀ ਸ਼ਹੀਦ ਹੁੰਦਾ ਜੋ ਜੈਸੇ ਮੇਰਾ ਬੱਚਾ ਹੋਇਆ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਆ ਉਹ ਮਿਲਣੀ ਚਾਹੀਦੀ ਵਿਆਹ ਹੋਇਆ ਸੀ ਮੇਰਾ ਨਾਮ ਐਕਸ ਆਰਮੀ ਰਿਟਾਇਰਡ ਨਛੱਤਰ ਸਿੰਘ ਆ ਜੀ ਦੇਖੋ ਜੀ ਜੋ ਗੌਰਮੈਂਟ ਦੇ ਅੰਡਰ ਡਿਊਟੀ ਕਰ ਰਿਹਾ ਸੈਂਟਰਸਕਾ ਦੀ ਡਿਊਟੀ ਕਰ ਰਿਹਾ ਸੈਂਟਰਸਕਾ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਔਨ ਡਿਊਟੀ ਸੀ ਬੰਦਾ ਜਦੋਂ ਉਹਦੀ ਡੈਥ ਹੋ ਰਹੀ ਹੈ ਮਿਲਟਰੀ ਹਸਪਤਾਲ ਦੇ ਵਿੱਚ ਡੈਥ ਹੋ ਰਹੀ ਹੈ ਔਨ ਡਿਊਟੀ ਡੈਥ ਹੋ ਰਹੀ ਹੈ ਸਵੇਰੇ ਮੋਰਨਿੰਗ ਪੀਰੀਅਡ ਅਟੈਂਡ ਕਰਨ ਵਾਸਤੇ ਬੱਚਿਆਂ ਨੂੰ ਉਠਾਇਆ ਉਹਨੂੰ ਸ਼ਹੀਦ ਦਰਜਾ ਮਿਲਣਾ ਜ਼ਰੂਰੀ ਹੈ ਜੀ ਕਿਉਂਕਿ ਉਹ ਔਨ ਡਿਊਟੀ ਸੀ ਸ਼ਹੀਦ ਦਰਜਾ ਮਿਲਣਾ ਚਾਹੀਦਾ ਉਸ ਦਾ ਬੁੱਤ ਬਣਨਾ ਚਾਹੀਦਾ ਸਾਡੇ ਮੁਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਆ ਦੂਸਰੀ ਗੱਲ ਇਹ ਆ ਜੋ ਮਾਂ ਨੂੰ ਬਾਪ ਨੂੰ ਇਹਦਾ ਮਿਲਣਾ ਚਾਹੀਦਾ ਮੁਲਾਜ਼ਮਾਂ ਜੋ ਵੀ ਹੈ ਮੁੱਖ ਮੰਤਰੀ ਸਾਹਿਬ ਤਕਰੀਬਨ ਅਗਨੀਵੀਰਾਂ ਬਾਰੇ ਵੀ ਇਹ ਕਰ ਰਹੇ ਸੀ ਇਹ ਬੇਟਾ ਅਗਨੀਵੀਰ ਨਹੀਂ ਸੀ ਇਹ ਔਨ ਡਿਊਟੀ 700-800 ਸਾਲ ਤੋਂ ਇਹ ਡਿਊਟੀ 'ਤੇ ਸੀ ਦੂਸਰੀ ਗੱਲ ਇਹ ਹੈ ਵੀ ਜਿਹੜਾ ਅਗਨੀਵੀਰ ਦੇ ਮੁੱਖ ਮੰਤਰੀ ਸਾਹਿਬ ਘਰ ਜਾ ਕੇ ਕਰੋੜ ਰੁਪਈਆ ਦੇ ਕੇ ਆਏ ਆ ਕਮ ਸੇ ਕਮ ਬੱਚੇ ਲਈ ਵੀ ਸਨਮਾਨ ਹੋਣਾ ਚਾਹੀਦਾ ਇਹ ਅਗਨੀਵੀਰ ਨਹੀਂ ਸੀ ਇਹ ਔਨ ਡਿਊਟੀ ਸੀ ਪਰਮਾਨੈਂਟ ਡਿਊਟੀ ਸੀ ਇੰਨੀਆਂ ਕੁ ਬੇਨਤੀਆਂ ਕਰਦੇ ਕਿ ਬੇਟਾ ਜੀ ਇਹ ਬਰਨਾਲਾ ਸਿਟੀ ਸੰਧੂ ਪੱਤੀ ਬਰਨਾਲੇ ਦੇ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੇ ਕੋਲ ਘਰ ਇਹਨਾਂ ਦਾ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਕੋਲ ਘਰ ਆ ਪਟਵਾਰਖਾਨਾ ਨੇੜੇ ਆ ਨਜ਼ਦੀਕ ਆ ਬਰਨਾਲੇ ਦੇ ਨਾਲ ਸੰਬੰਧ ਸੀ ਨਹੀਂ ਜੀ ਅਨਮੈਰਿਡ ਸੀ ਬੱਚਾ ਭੈਣ ਭਰਾ ਭੈਣ ਭਰਾ ਇੱਕ ਭੈਣ ਆ ਇੱਕ ਦੋ ਬ੍ਰਦਰ ਆ ਭੈਣ ਵਿਆਹੀ ਹੋਈ ਆ ਬ੍ਰਦਰ ਛੋਟੇ ਹਾਂ ਬ੍ਰਦਰ ਇਹ ਵੱਡਾ ਸੀ ਨੌਕਰੀ ਦੇ ਪਰਿਵਾਰ ਦੇ ਵਿੱਚ ਛੋਟੇ ਬੇਟੇ ਨੌਕਰੀ ਦਿੱਤੀ ਜਾਵੇ ਉਹ ਬੇਰੁਜ਼ਗਾਰ ਆ ਉਸਨੂੰ ਡਿਊਟੀ ਦਿੱਤੀ ਜਾਵੇ